ਮੈਂ ਲੱਗੀ ਹਾਂ ਮਾਵਾਂ ਦੇ ਛਿਲਕਿਆਂ ਵਾਲੀ ਦਾਲ ਲੈ ਕੇ, ਅਤਵਾ ਆਪਣੇ ਕੋਲ ਮਾਵਾਂ ਦੀ ਦਾਲ ਸੀ ਛਿਲਕਿਆਂ ਵਾਲੀ, ਅਤੇ ਉਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ, ਹਲਕੇ ਹਲਕੇ ਛਿਲਕੇ ਰਹਿਣ ਦਿੱਤੇ, ਜ਼ਿਆਦਾ ਉਤਾਰ ਦਿੱਤੇ, ਅਤੇ ਅਤਵਾ ਆਪਾਂ ਚਣਿਆਂ ਦੀ ਦਾਲ ਸੀ, ਪਾਈਆ ਦਾਲਾਂ ਦੋਨੇ ਮੈਂ ਲੈ ਕੇ ਆਈ ਸੀ, ਅਤੇ ਇੱਕ ਵਿੱਚ ਮੈਂ ਇਹਦੇ ਚਮਚ ਹਲ ਨਮ ਮਿਰਚ ਦਾ ਪਾਤਾ ਵਾ, ਇੱਕ ਚਮਚ ਤੋਂ ਜ਼ਿਆਦਾ ਥੋੜ੍ਹਾ ਜਿਹਾ ਮੈਂ ਪਾਊਂਗੀ ਨਮਕ, ਇਹ ਚੀਜ਼ਾਂ ਮੈਂ ਪਾ ਕੇ ਹੁਣ ਰੱਖ ਦਿੱਤੀਆਂ, ਇਹਨਾਂ ਨੂੰ ਤੁੜਕਾ ਲਗਾਉਂਗੀ ਬਾਅਦ 'ਚ ਪਾਉਣ ਲਈ, ਫਿਰ ਪਾਊਂਗੀ ਚੀਜ਼ਾਂ ਸਾਰੀਆਂ। ਫਿਲਹਾਲ ਮੈਂ ਨਮਕ ਦਿੱਤਾ, ਅਤੇ ਨਾਲੇ ਉੱਧਰੋਂ ਟਮਾਟਰ ਲੈ ਕੇ ਰੱਖੇ ਸੀ ਵਿੱਚ, ਅਤੇ ਉਹ ਲੈ ਕੇ ਦੇਖੋ ਜੀ, ਮੈਂ ਇੱਧਰ ਲਸਣ ਅਤੇ ਸਬਜ਼ ਮਿਰਚਾਂ ਵੀ ਕੁੱਟ ਲਈਆਂ, ਉੱਧਰ ਮੇਰਾ ਪਿਆਜ਼ ਦਾ ਹੈਗਾ, ਲਸਣ ਮੈਂ ਕੱਟਿਆ ਸੀ, ਲਸਣ ਚਾਰ ਪਾਈ ਵਾਲੇ ਗੰਦੇ ਸੀ ਨਾ, ਗੰਦੇ ਦੁਬਾਰਾ ਭਰਾਏ ਆ ਸਾਰੇ, ਅਤੇ ਉਹ ਲੰਘ ਗਏ, ਮੈਂ ਸਾਇਆ ਦੇ ਕਿਸੇ ਮਿੱਥੇ ਦੇ ਲੰਘਦੇ, ਹੁਣ ਗੰਦੇ ਆ ਤੈਨੂੰ ਲੰਘ ਕੇ, ਹੁਣ ਦੇ ਦਿੱਤੇ ਆ, ਇੱਕ ਤਾਂ ਇੱਕ ਰਹਿ ਗਿਆ ਸੀ, ਆਹ ਹੁਣ ਲੰਘ ਕੇ ਦਿੱਤਾ, ਹੁਣ ਰਹਿ ਜਾਣਗੇ ਆ ਕੇ, ਅੱਛਾ ਦਲੀ ਖੇਡਦਾ ਪਿਆ ਮੇਰਾ ਬੇਟਾ, ਹੈ ਨਾ ਅੱਛਾ ਦਲੀ, ਬਾਹਰ ਆਉਣਾ ਵਾ, ਆਉਣਾ ਵਾ, ਚੱਲ ਆ ਜਾ ਫਿਰ ਕੱਢਾਂ ਬਾਹਰ, ਨਹੀਂ ਆ ਜਾ ਮੈਂ ਬਾਹਰ ਕੱਢਾਂ ਮੈਂ ਆਪਣੀ ਮਾਂ ਨੂੰ ਬਿੱਲੇ ਨੇ, ਨਹੀਂ ਅੱਛਾ ਦਲੀ ਨੇ ਬਾਹਰ ਖੇਡਣਾ ਚਾਹੀਦਾ, ਹੁਣ ਮੈਂ ਤੇਰੇ ਕੋਲੋਂ ਗੱਦਾ ਚੱਕਣੀ ਤੇ ਥੱਲੇ ਦੇ ਦੇ ਸਿੱਟ ਦੇਣਾ ਟੱਕ ਕਰਕੇ, ਚੱਕ ਲੈ ਮੈਂ ਪੀਣਾ, ਅੱਛਾ
ਚਲੋ ਮੈਂ ਲੈ ਲੂੰਗੀ, ਕੋਈ ਨੀ ਉਹ ਦੇਣੀ ਉਹਨੇ, ਤੁਸੀਂ ਮੈਂ ਫੜਾ ਦਈਓ ਫਿਰ ਮੈਂ ਫੜ ਲੂੰਗੀ ਬਰਫ਼ ਵਿੱਚ। ਮੈਂ ਕਿਹਾ ਫਿਰ ਮੈਂ ਨਾ ਮੰਗਵਾਵਾਂ ਦੁਕਾਨ ਤੋਂ। ਚੱਲ ਹਾਂਜੀ ਦਿੰਦੀ ਇੱਕ ਮਿੰਟ। ਆਹ ਦੇਖੋ ਜੀ ਕੱਲ੍ਹ ਵਾਲਾ ਟੈਂਕ, ਅਤੇ ਆਹ ਹੁਣ ਮੈਂ ਨਾਲ ਦੀ ਮੈਨੇ ਨੂੰ ਆਈ ਸੀ, ਉਹਨਾਂ ਨੂੰ ਮੈਂ ਪਿਲਾਇਆ, ਅਤੇ ਉਹਨਾਂ ਨੇ ਕਿਹਾ ਟੈਂਕ ਆ, ਟੈਂਕ ਦੇ ਵਿੱਚ ਸੈਕ ਆਇਆ ਸਾ, ਸੇਮ ਆਉਣ ਡਿਆ ਸੀ, ਉਹਨਾਂ ਨੂੰ ਨਹੀਂ ਪਤਾ ਚੱਲਿਆ ਕੀ ਚੀਜ਼। ਅਤੇ ਮੈਂ ਹੁਣ ਮੈਂ ਕਿਹਾ ਮੈਂ ਆਪ ਕੱਲ੍ਹ ਬਣਾਇਆ ਕਿਹੜਾ ਇਹ, ਕਹਿੰਦੀ ਉਹ ਕਹਿੰਦੀ ਕੱਲ੍ਹ ਬਣਾਇਆ ਸੀ, ਕਹਿੰਦੇ ਕਿਹੜਾ ਤੁਸੀਂ ਕਹਿਣ ਡੇ। ਮੈਂ ਕਿਹਾ ਹਾਏ ਕੱਲ੍ਹ ਵਾਲਾ ਬਣਾਇਆ ਵਾ, ਉਹ ਬਣਾਉਣ ਡਈ ਸੀ, ਅਤੇ ਉਹਦੇ ਵਾਸਤੇ ਹੁਣ ਮੈਂ ਤੁਹਾਨੂੰ ਟੇਸਟ ਕਰਾਇਆ, ਟੇਸਟ ਕਰਕੇ ਅਤੇ ਚੈੱਕ ਕਰਕੇ ਦੱਸ ਮਿਲ ਗਏ ਤੈਨੂੰ, ਕਹਿੰਦੀ ਐਂਡ ਬਹੁਤ ਮਜ਼ੇਦਾਰ ਸੀਗਾ, ਕਹਿੰਦੀ ਸੇਮ ਉਹ ਹੀ ਸੈਕ ਆਉਣ ਡਿਆ ਸੀ, ਪਤਾ ਨਹੀਂ ਲੱਗਦਾ ਕਿਸ ਨੇ ਘਰ ਬਣਾਇਆ ਕਿ ਕੀ ਹੈ। ਬਹੁਤ ਪਸੰਦ ਆਇਆ, ਤੁਸੀਂ ਵੀ ਮੈਨੂੰ ਕਮੈਂਟ 'ਚ ਦੱਸਣਾ ਕਿ ਕਿਸ ਤਰ੍ਹਾਂ ਦਾ ਬਣਿਆ, ਮਜ਼ੇਦਾਰ ਆ ਕਿਸ ਤਰ੍ਹਾਂ ਦਾ, ਜ਼ਰੂਰ ਦੱਸਣਾ। ਦੇਖੋ ਜੀ ਸਾਡੀ ਦਾਲ ਤਾਂ ਹੋ ਗਈ ਹੈ, ਦਾਲ ਬਹੁਤ ਪਿਆਰੀ, ਮਾਸ ਚਣੇ ਦੀ ਦਾਲ, ਠੀਕ ਹੈ, ਕਿੰਨੀ ਪਿਆਰੀ ਬਣੀ ਹੋਈ ਮੈਂ ਤੁਹਾਨੂੰ ਉੱਪਰ ਵੀ ਕਰਕੇ ਦਿਖਾਉਂਦੀ ਹਾਂ ਤੁਹਾਨੂੰ। ਤੁਸੀਂ ਸਾਡੀ ਵੀਡੀਓ ਨੂੰ ਦੇਖੋ ਤੋਂ ਬਾਅਦ ਲਾਇਕ ਕਰੋ, ਕਮੈਂਟ ਕਰੋ, ਸਾਡੇ ਚੈਨਲ ਸਬਸਕ੍ਰਾਈਬ ਕਰੋ, ਮਿਹਰਬਾਨੀ ਹੋਵੇਗੀ, ਬਹੁਤ ਸ਼ੁਕਰੀਆ। ਕੱਲ੍ਹ ਨੂੰ ਅਸੀਂ ਨਵੀਂ ਵੀਡੀਓ ਦੇ ਨਾਲ ਫਿਰ ਮੁਲਾਕਾਤ ਕਰਾਂਗੇ, ਕੱਲ੍ਹ ਤੱਕ ਲਈ ਸਾਨੂੰ ਇਜਾਜ਼ਤ ਦਿੰਦੀ ਹੈ, ਅੱਲਾਹ ਹਾਫਿਜ਼, ਅੱਲਾਹ ਨਿਗਹਬਾਨ, ਓਕੇ, ਖੁਦਾ ਹਾਫਿਜ਼।